ਕੱਲ 6 ਜੂਨ ਨੂੰ ਦੋਵੇਂ ਪਾਸਿਆਂ ਤੋਂ ਹੋ ਰਹੀ ਲੜਾਈ ਦਾ ਆਖਰੀ ਦਿਨ ਸੀ ਆਖਰੀ ਦਿਨ ਕੀ ਹੋਇਆ ਕੱਲ ਤੁਹਾਨੂੰ ਦੱਸਾਂਗੇ ਹੁਣ ਤੁਹਾਨੂੰ ਦੱਸ ਦਿਆਂ ਕਿ ਕੱਲ 18ਵੀਂ ਲੋਕ ਸਭਾ ਦੇ ਲਈ ਪੰਜਾਂ ਵੋਟਾਂ ਦਾ ਕੀ ਬਣਿਆ ਨਤੀਜਾ ਇਹ ਨਿਕਲਿਆ ਕਿ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਬਹੁਮਤ ਕਾਂਗਰਸ ਨੂੰ ਵੀ ਨਹੀਂ ਮਿਲਿਆ ਭਾਰਤ ਦੀ ਨਵੀਂ ਸਰਕਾਰ ਬਣੇਗੀ ਤਾਂ ਗੱਠ ਜੋੜ ਦੇ ਨਾਲ ਹੀ ਬਣੇਗੀ ਸੋ ਇਸ ਵਕਤ ਨਾਇਡੂ ਨਿਤਿਸ਼ ਤੇ ਹੋਰ ਭਾਈਵਾਲ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਨੇ ਇੱਕ ਕਿੰਗ ਮੇਕਰ ਕਿਸ ਨੂੰ ਕਿੰਗ ਬਣਾਉਂਦੇ ਨੇ ਕਿਸ ਦੀ ਸਰਕਾਰ ਬਣਾਉਂਦੇ ਨੇ ਇਹ ਅੱਜ ਸ਼ਾਮ ਤੱਕ ਉਮੀਦ ਕੀਤੀ ਜਾ ਸਕਦੀ ਹੈ ਕਿ ਸਪਸ਼ਟ ਹੋ ਜਾਊਗਾ ਤੇ ਲੋਕ ਸਭਾ ਚੋਣਾਂ ਦੇ ਇਹ ਨਤੀਜੇ ਜ਼ਾਹਿਰ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ ਹਨ ਜਿਨ੍ਹਾਂ ਨੇ ਅਬਕੀ ਬਾਰ 400 ਪਾਰ ਦਾ ਦਾਵਾ ਕੀਤਾ ਸੀ ਨਤੀਜਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਲਾਂਕਿ 240 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ 400 ਪਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਪਾਰਟੀ ਆਪਣੇ ਦਮ ਤੇ ਸਪਸ਼ਟ ਬਹੁਮਤ ਜਟਾਉਣ ਦੇ ਵਿੱਚ ਵੀ ناکਾਮ ਰਹੀ ਰੋਜ਼ਾਨਾ ਦੇ ਵਿੱਚ ਐਨਡੀਏ ਗੱਠਜੋੜ ਨੂੰ 294 ਸੀਟਾਂ ਤੇ ਮੂਹਰੇ ਦਰਸਾਇਆ ਗਿਆ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ 231 ਸੀਟਾਂ ਤੇ ਚੜਤ ਬਣਾ ਕੇ ਇੱਕ ਵੱਡੀ ਤਾਕਤ ਵਜੋਂ ਉੱਭਰਿਆ ਹੈ ਗਠਜੋੜ ਨੇ ਐਗਜ਼ਿਟ ਪੋਲ ਦੇ ਸਾਰੇ ਅੰਦਾਜ਼ਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਯੂਪੀ ਮਹਾਰਾਸ਼ਟਰ ਰਾਜਸਥਾਨ ਹਰਿਆਣਾ ਤੇ ਕਰਨਾਟਕਾ ਦੇ ਵਿੱਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹਾਲਾਂਕਿ 오ਡੀਸ਼ਾ ਦੇ ਵਿੱਚ ਬੀਜੇਪੀ ਨੇ 147 ਮੈਂਬਰੀ ਅਸੈਂਬਲੀ ਦੇ ਵਿੱਚ 78 ਸੀਟਾਂ ਜਿੱਤ ਕੇ ਨਵੀਨ ਪਟਨਾਇਕ ਦਾ ਲਗਾਤਾਰ 6ਵੀਂ ਵਾਰੀ ਸਰਕਾਰ ਬਣਾਉਣ ਦਾ ਸੁਪਨਾ ਜ਼ਰੂਰ ਤੋੜਿਆ ਇਥੇ ਬੀਜੇਡੀ ਨੂੰ 147 ਦੇ ਵਿੱਚੋਂ 51 ਕਾਂਗਰਸ ਨੂੰ 14 ਤੇ ਹੋਰਾਂ ਨੂੰ 4 ਸੀਟਾਂ ਮਿਲੀਆਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜੇ ਵੀ ਆਏ ਨੇ ਜਿੱਥੇ ਤੇਲਗੂ ਦੇਸਮ ਪਾਰਟੀ ਉਸਦੇ ਭਾਈਵਾਲ ਜਨ ਸੈਨਾ ਤੇ ਬੀਜੇਪੀ ਨੇ ਹੁਜਾ ਫੇਰ ਜਿੱਤ ਹਾਸਲ ਕੀਤੀ ਹੈ ਪਰ ਪੂਰੇ ਭਾਰਤ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਹੁਜਾ ਨਹੀਂ ਫੇਰ ਸਕੀ ਹਾਲਾਂਕਿ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਜ਼ਰੂਰ ਬਣੀ ਹੈ ਇਸੇ ਖੁਸ਼ੀ ਦੇ ਵਿੱਚ ਬੀਜੇਪੀ ਨੇ ਅਣਮੰਨੇ ਮਨ ਦੇ ਨਾਲ ਆਪਣੇ ਹੈੱਡਕੁਆਰਟਰ ਦਿੱਲੀ ਦੇ ਵਿੱਚ ਜਸ਼ਨ ਵੀ ਮਨਾਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈੱਡਕੁਆਰਟਰ ਪਹੁੰਚੇ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ 543 ਸੀਟਾਂ ਦਾ ਨਤੀਜਾ ਤੁਹਾਨੂੰ ਦੱਸ ਦਈਏ ਤਾਂ ਬੀਜੇਪੀ ਨੇ 240 ਸੀਟਾਂ ਜਿੱਤੀਆਂ ਨੇ ਜਦ ਕੇ 2019 ਦੇ ਵਿੱਚ 303 ਸੀਟਾਂ ਜਿੱਤੀਆਂ ਸੀ ਯਾਨੀ ਕਿ ਐਤਕੀ 63 ਸੀਟਾਂ ਦਾ ਨੁਕਸਾਨ ਹੋਇਆ ਹੈ ਕਾਂਗਰਸ ਨੇ 99 ਦੀਆਂ 99 ਸੀਟਾਂ ਜਿਨ੍ਹਾਂ ਤੇ ਕਾਂਗਰਸ ਅੱਗੇ ਚੱਲ ਰਹੀ ਸੀ ਜਿੱਤ ਲਈਆਂ ਤੇ ਪਿਛਲੀ ਵਾਰ ਨਾਲੋਂ 47 ਸੀਟਾਂ ਵਧ ਜਿੱਤਿਆ ਨੇ ਕਾਂਗਰਸ ਨੂੰ ਫਾਇਦਾ ਹੋਇਆ ਸਮਾਜਵਾਦੀ ਪਾਰਟੀ ਨੇ 37 ਦੀਆਂ 37 ਸੀਟਾਂ ਜਿੱਤ ਲਈਆਂ ਨੇ ਯੂਪੀ ਦੇ ਵਿੱਚ ਵੱਡਾ ਬਦਲ ਫੇਰ ਬਦਲ ਹੋਇਆ ਹੈ ਪਿਛਲੀ ਵਾਰ ਨਾਲੋਂ ਸਮਾਜਵਾਦੀ ਪਾਰਟੀ ਨੇ 32 ਸੀਟਾਂ ਵਧ ਜਿੱਤੀਆਂ ਨੇ ਇਹ ਵੀ ਕਾਂਗਰਸ ਦੇ ਇੰਡੀਆ ਗੱਠ ਜੋੜ ਵਿੱਚ ਹੀ ਹਨ ਆਲ ਇੰਡੀਆ ਤ੍ਰੈਨਮੂਲ ਕਾਂਗਰਸ ਨੇ 29 ਦੀਆਂ 29 ਸੀਟਾਂ ਪੱਛਮੀ ਬੰਗਾਲ ਦੇ ਵਿੱਚ ਜਿੱਤ ਲਈਆਂ ਪਿਛਲੀ ਵਾਰੀ ਨਾਲੋਂ 7 ਸੀਟਾਂ ਵਧ ਹਾਸਲ ਕੀਤੀਆਂ ਨੇ ਐਤਕੀ ਭਾਜਪਾ ਨੂੰ ਪੱਛਮੀ ਬੰਗਾਲ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਡੀਐਮਕੇ ਨੇ 22 ਸੀਟਾਂ ਜਿੱਤੀਆਂ ਨੇ ਜਨਤਾ ਦਲ ਯੂ ਨੇ 12 ਸੀਟਾਂ ਜਿੱਤੀਆਂ ਨੇ ਰਾਸ਼ਟਰੀ ਜਨਤਾ ਦਲ ਨੇ 4 ਸੀਟਾਂ ਜਿੱਤੀਆਂ ਨੇ YSRCP ਪਾਰਟੀ ਨੇ 4 ਸੀਟਾਂ ਜਿੱਤੀਆਂ ਨੇ ਤੇ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ ਨੇ ਤੇ ਤਿੰਨੇ ਸੀਟਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ ਮਿਲੀਆਂ ਨੇ ਹਰ ਵਾਰ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ 13 0 ਦਾ ਸੁਪਨਾ ਨਹੀਂ ਪੂਰਾ ਹੋ ਸਕਿਆ ਦਾਵਾ ਮਿੱਟੀ ਵਿੱਚ ਮਿਲ ਗਿਆ ਸੋ ਹੁਣ ਸਵਾਲ ਉੱਠਦਾ ਹੈ ਕਿ ਆਖਿਰਕਾਰ ਅੱਜ ਕੀ ਹੋਊਗਾ ਅੱਜ ਕਿਵੇਂ ਸਰਕਾਰ ਦਾ ਫੈਸਲਾ ਹੋਊਗਾ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਇੰਡੀਆ ਗੱਠਜੋੜ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਅੱਜ ਸ਼ਾਮ ਮੀਟਿੰਗ ਕਰੇਗਾ ਕੱਲ ਹੀ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਜਨਖੜਗੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਐਲਾਨ ਕਰ ਦਿੱਤਾ ਸੀ ਕਿ ਇਹ ਨਵੀਂ ਸਰਕਾਰ ਬਣਾਉਣ ਤੇ ਕੱਲ ਰਣਨੀਤੀ ਉਲਿੱਕੀ ਜਾਵੇਗੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਊਗਾ ਕਿ ਗੱਠਜੋੜ ਵਿਰੋਧੀ ਧਿਰ ਦੇ ਵਿੱਚ ਬੈਠੂਗਾ ਜਾਂ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੂਗਾ। ਰਾਹੁਲ ਗਾਂਧੀ ਨੇ ਕਿਹਾ ਕਿ ਸਾਬਕਾ ਭਾਈਵਾਲਾਂ ਤੱਕ ਪਹੁੰਚ ਬਾਰੇ ਫੈਸਲਾ ਅੱਜ ਹੀ ਲਿਆ ਜਾਊਗਾ। ਤੇ ਇੰਡੀਆ ਗੱਠਜੋੜ ਦੀ ਸਾਬਕਾ ਭਾਈਵਾਲਾਂ ਦੇ ਵਿੱਚ ਜਨਤਾ ਦਲ ਯੂ ਤੇ TDP ਵਰਗੀਆਂ ਪਾਰਟੀਆਂ ਹਨ। ਸਰਕਾਰ ਬਣਾਉਣ ਤੇ NDA ਦੇ ਵਿੱਚ ਸ਼ਾਮਲ ਪਾਰਟੀਆਂ ਤੱਕ ਪਹੁੰਚ ਬਣਾਉਣ ਬਾਰੇ ਅੱਜ ਦੀ ਇੰਡੀਆ ਗੱਠਜੋੜ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਵੇਗਾ। ਇਸ ਮੌਕੇ ਰਾਹੁਲ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਇਹ ਵੀ ਕਿਹਾ ਕਿ ਮੈਂ ਜਾਣਦਾ ਸੀ ਦੇਸ਼ ਦੇ ਲੋਕ ਸੰਵਿਧਾਨ ਬਚਾਉਣ ਦੇ ਲਈ ਇਕਜੁੱਟ ਹੋਣਗੇ ਤੇ ਸੰਵਿਧਾਨ ਬਚਾਉਣ ਦਾ ਪਹਿਲਾ ਤੇ ਵੱਡਾ ਕਦਮ ਲੋਕਾਂ ਨੇ ਪੁੱਟ ਲਿਆ ਹੈ ਕਾਂਗਰਸ ਪਾਰਟੀ ਨੇ ਕਲੈਰਿਟੀ ਸੇ ਹਿੰਦੁਸਤਾਨ ਕੋ ਇੱਕ ਨਿਆ ਵਿਜਨ ਦੇ ਦਿਆ ਹੈ ਪ੍ਰੋ ਪੂਰ ਵਿਜਨ ਪ੍ਰੋ ਪ੍ਰੋਡਕਸ਼ਨ ਵਿਜਨ ਹਿੰਦੁਸਤਾਨ ਕੋ ਇੰਡੀਆ ਗੱਠਜੋੜ ਨੇ ਸਾਫ ਦੇ ਦਿਆ ਹੈ ਮਲਕਾਰਜਨ ਖੜਗੇ ਨੇ ਕਿਹਾ ਕਿ ਚੋਣ ਨਤੀਜੇ ਨਰਿੰਦਰ ਮੋਦੀ ਦੇ ਖਿਲਾਫ ਫਤਵਾ ਹਨ ਇਹ ਲੋਕਾਂ ਤੇ ਜਮਹੂਰੀਅਤ ਦੀ ਜਿੱਤ ਹੈ ਕਿਉਂਕਿ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਮੁਕੰਮਲ ਬਹੁਮਤ ਨਹੀਂ ਦਿੱਤਾ ਅੱਜ ਹੋਣ ਵਾਲੀ ਇੰਡੀਆ ਗੱਡਜੋੜ ਦੀ ਮੀਟਿੰਗ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਦੇ ਘਰੇ ਹੋਵੇਗੀ ਜਨਤਾ ਦੀ ਜਿੱਤ ਹੈ ਔਰ ਲੋਕਤੰਤਰ ਦੀ ਜਿੱਤ ਹੈ ਅਸੀਂ ਪਹਿਲੇ ਸੇ ਇਹੀ ਕਹਿ ਰਹੇ تھے ਕਿ ਇਹ ਲੜਾਈ ਹਮਾਰੀ ਮੋਦੀ ਵਰਸਸ ਜਨਤਾ ਹੈ ਇਸ ਵਾਰ ਜਨਤਾ ਨੇ ਕਿਸੇ ਇੱਕ ਦਲ ਕੋ ਪੂਰਨ ਬਹੁਮਤ ਨਹੀਂ ਦਿਆ ਅਬ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਮੰਡਟ ਮੋਦੀ ਜੀ ਕੇ ਖਿਲਾਫ ਗਿਆ ਹੈ ਦਰਅਸਲ ਨਤੀਜਿਆਂ ਦੇ ਵਿੱਚ ਇੰਡੀਆ ਗੱਠਜੋੜ ਨੂੰ ਕੁੱਲ 204 ਸੀਟਾਂ ਮਿਲੀਆਂ ਨੇ ਤੇ ਸਰਕਾਰ ਬਣਾਉਣ ਦੇ ਲਈ ਗੱਠਜੋੜ ਨੂੰ 272 ਸੰਸਦ ਚਾਹੀਦੇ ਨੇ ਇਹ ਜਿਵੇਂ ਵਿੱਚ ਬਹੁਮਤ ਹਾਸਲ ਕਰਨ ਦੇ ਲਈ ਇੰਡੀਆ ਗੱਟ ਜੋੜ ਨੂੰ ਸੀਟਾਂ ਦੇ ਲਈ ਬਾਹਰੋਂ ਵੀ ਆਪਣੇ ਭਾਈਵਾਲ ਲੱਭਣੇ ਪੈਣਗੇ। ਮਮਤਾ ਬਨਰਜੀ ਦੀ TMC ਦੇ 29 ਸੰਸਦਾਂ ਤੋਂ ਇਲਾਵਾ TDP ਅਤੇ JDU ਦੇ ਸਮਰਥਨ ਦੀ ਵੀ ਗੱਟ ਜੋੜ ਨੂੰ ਪੂਰੀ ਲੋੜ ਹੋਵੇਗੀ। ਹੁਣ ਦੇਖਣਾ ਹੋਊਗਾ ਕਿ ਅੱਜ ਕੀ ਕੁਝ ਹੁੰਦਾ ਹੈ। ਪੱਛਮੀ ਬੰਗਾਲ ਦੀ ਤ੍ਰੇਨਮੁਲ ਕਾਂਗਰਸ ਦੇ ਕੋਲ ਕੁੱਲ 29 ਸੀਟਾਂ ਜਿੱਤੀਆਂ ਹੋਈਆਂ ਨੇ। JDU ਦੇ ਕੋਲ 12 ਸੰਸਦ ਨੇ ਤੇ TDP ਤੇਲਗੂ ਦੇਸ਼ਮ ਦੇ ਕੋਲ 16 ਸੰਸਦ ਨੇ। YSR ਕਾਂਗਰਸ ਦੇ ਕੋਲ 4 ਸੰਸਦ ਨੇ ਬੀਜੂ ਜਨਤਾ ਦਲ ਦੇ ਕੋਲ 1 ਸੰਸਦ ਹੈ ਤੇ ਸਾਰੀਆਂ ਮਿਲਾ ਕੇ 62 ਸੀਟਾਂ ਬਣਦੀਆਂ ਨੇ ਤੇ ਜੇ 62 ਸੀਟਾਂ ਵੀ ਇੰਡੀਆ ਗੱਠ ਜੋੜ ਦੀਆਂ 204 ਸੀਟਾਂ ਦੇ ਨਾਲ ਮਿਲਦੀਆਂ ਨੇ ਤਾਂ ਵੀ ਗੱਠ ਜੋੜ 266 ਸੀਟਾਂ ਤੱਕ ਹੀ ਪਹੁੰਚ ਸਕੇਗਾ 6 ਸੀਟਾਂ ਹੋਰ ਗੱਠ ਜੋੜ ਕਿੱਥੋਂ ਲਊਗਾ ਇਹ ਕਾਂਗਰਸ ਦੇ ਲਈ ਵੱਡਾ ਚੈਲੰਜ ਹੋਵੇਗਾ ਦੂਸਰੀ ਪਾਸੇ ਬੀਜੇਪੀ ਦੇ ਕੋਲ 240 ਸੀਟਾਂ ਨੇ ਮੋਹਮਤ ਦੇ ਅੰਕੜੇ ਤੋਂ 32 ਸੀਟਾਂ ਘਟ ਨੇ ਹਾਲਾਂਕਿ ਐਨਡੀਏ ਗੱਠਜੋੜ 291 ਸੀਟਾਂ ਜਿੱਤ ਚੁੱਕਿਆ ਹੈ ਸਰਕਾਰ ਬਣੇਗੀ ਤਾਂ ਗੱਠਜੋੜ ਦੀ ਹੀ ਬਣੇਗੀ ਐਨਡੀਏ ਦੀ ਬਣੇਗੀ ਤੇ ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਸਕਦੀ ਹੈ ਜੇ ਨਿਤਿਸ਼ ਅਤੇ ਨਾਇਡੂ ਵਰਗੇ ਭਾਈਵਾਲ ਬੀਜੇਪੀ ਦੇ ਨਾਲ ਹੀ ਜਾਂਦੇ ਨੇ ਦੋਨੇ ਹੀ ਪਾਰਟੀਆਂ ਇਸ ਵਕਤ ਪੰਜਪਾਦੇ ਲਈ ਬਹੁਤ ਜ਼ਰੂਰੀ ਨੇ TDP ਕੋਲ 15 ਤੇ JDU ਦੇ ਕੋਲ 12 ਸੀਟਾਂ ਨੇ ਕੁੱਲ ਮਿਲਾ ਕੇ 27 ਸੀਟਾਂ ਬਣਦੀਆਂ ਨੇ ਇਹਨਾਂ ਤੋਂ ਬਿਨਾ BJP ਦੀ ਸਰਕਾਰ ਬਣਨੀ ਮੁਸ਼ਕਲ ਹੈ ਇਸੇ ਕਰਕੇ ਕੱਲ ਸ਼ਾਮ ਨੂੰ ਜਦੋਂ ਨਤੀਜਿਆਂ ਦੇ ਵਿੱਚ ਕੁਝ ਸਪਸ਼ਟਤਾ ਆਈ ਤਾਂ ਪ੍ਰਧਾਨ ਮੰਤਰੀ ਮੋਦੀ BJP ਦਫ਼ਤਰ ਪਹੁੰਚੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੀ ਜ਼ੁਬਾਨ ਤੇ ਬੀਜੇਪੀ ਦਾ ਨਾਮ ਘੱਟ ਸੀ ਐਨਡੀਏ ਦਾ ਨਾਮ ਜ਼ਿਆਦਾ ਸੀ 34 ਮਿੰਟ ਦੇ ਧੰਨਵਾਦੀ ਭਾਸ਼ਣ ਦੇ ਵਿੱਚ ਬੀਜੇਪੀ ਦਾ ਨਾਮ ਸਿਰਫ ਮੋਦੀ ਨੇ 6 ਵਾਰੀ ਲਿਆ ਐਨਡੀਏ ਦਾ ਨਾਮ 8 ਵਾਰੀ ਲਿਆ ਐਤ ਤੱਕ ਕਿ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਦਾ ਖਾਸ ਤੌਰ ਤੇ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਤੇ ਦੋਵਾਂ ਦੀ ਅਗਵਾਈ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਵੋਟਾਂ ਦਾ ਜਿਹੜਾ ਹੋਇਆ ਉਸ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਅਹਿਮ ਗੱਲ ਸੀ ਕਿ ਉਹਨਾਂ ਨੇ ਕੱਲ ਲਿਖਿਆ ਹੋਇਆ ਭਾਸ਼ਣ ਪੜ੍ਹਿਆ 34 ਮਿੰਟ ਉਹ ਸਾਹਮਣੇ ਸਕਰੀਨ ਤੇ ਲਿਖਿਆ ਹੀ ਪੜਦੇ ਰਹੇ ਤੇ ਪਿਛਲੇ 3 ਮਹੀਨਿਆਂ ਤੋਂ ਹੀ ਨਹੀਂ ਪੂਰੇ 5 ਸਾਲਾਂ ਤੋਂ ਮੋਦੀ ਸਰਕਾਰ ਦਾ ਨਾਮ ਲੈਣ ਵਾਲੇ ਪ੍ਰਧਾਨ ਮੰਤਰੀ ਨੇ ਕੱਲ ਮੋਦੀ ਸਰਕਾਰ ਨਹੀਂ ਬਲਕਿ ਐਨਡੀਏ ਸਰਕਾਰ ਕਿਹਾ ਲਗਾਤਾਰ ਤੀਸਰੀ ਵਾਰ ਸਰਕਾਰ ਬੰਨੀ ਤਾਇ ਹੈ ਹਮ ਸਭੀ ਨੇ ਐਨਡੀਏ ਦੇ ਕਿਹਾ ਜਨਤਾ ਜਨਾਰਦਨ ਕੇ ਬਹੁਤ ਆਭਾਰੀ ਹੈ ਨਰਿੰਦਰ ਮੋਦੀ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਨੇ ਵੀ ਟਵਿੱਟਰ ਤੇ ਕੀਤੇ ਪੋਸਟ ਦੇ ਵਿੱਚ ਇਹੀ ਕਿਹਾ ਐਨਡੀਏ ਦੀ ਜਿੱਤ ਇਸ ਨੂੰ ਭਾਜਪਾ ਦੀ ਜਿੱਤ ਨਹੀਂ ਦੱਸਿਆ ਗਿਆ ਸੋ ਨੈਤਿਕ ਤੌਰ ਤੇ ਭਾਜਪਾ ਦੇ ਲਈ ਇੱਕ ਵੱਡੀ ਹਾਰ ਰਹੀ ਕਿਉਂਕਿ 2014 ਦੇ ਵਿੱਚ ਬੀਜੇਪੀ ਨੂੰ 278 ਸੀਟਾਂ ਦੇ ਨਾਲ ਸਪਸ਼ਟ ਬਹੁਮਤ ਮਿਲਿਆ ਸੀ 2019 ਦੇ ਵਿੱਚ ਵੀ ਬੀਜੇਪੀ ਨੇ 303 ਸੀਟਾਂ ਹਾਸਲ ਕਰਕੇ ਦੂਜੀ ਵਾਰੀ ਸਰਕਾਰ ਬਣਾਈ ਸੀ ਐਤਕੀ ਬੀਜੇਪੀ ਸਿਰਫ 240 ਸੀਟਾਂ ਤੇ ਰਹਿ ਗਈ ਹੈ ਕਈ ਦਿਗਜ ਲੀਡਰ ਹਾਰੇ ਨੇ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਨੂੰ ਕਾਂਗਰਸ ਦੇ ਕਿਸ਼ੋਰੀ ਲਾਲ ਨੇ 1.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਕਿਸ਼ੋਰੀ ਲਾਲ ਪੰਜਾਬ ਦੇ ਮਲੇਰਕੋਟਲਾ ਦੇ ਜੰਪਲ ਹਨ ਕਿਸ਼ੋਰੀ ਲਾਲ ਦੇ ਜਿੱਤਣ ਤੋਂ ਬਾਅਦ ਉਹਾਂ ਦੇ ਮਲੇਰਕੋਟਲਾ ਦੇ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਨੇ ਜਸ਼ਨ ਵੀ ਮਨਾਏ ਗੁਆਂਡੀ ਸੂਬੇ ਹਰਿਆਣਾ ਦੇ ਵਿੱਚ ਐਤਕੀ ਬੀਜਪੀ ਨੂੰ ਝਟਕਾ ਲੱਗਿਆ ਹੈ 2019 ਦੇ ਵਿੱਚ 10 ਦੀਆਂ 10 ਸੀਟਾਂ ਜਿੱਤਣ ਵਾਲੀ ਬੀਜਪੀ ਐਤਕੀ ਸਿਰਫ 5 ਸੀਟਾਂ ਤੇ ਸਿਮਟ ਕੇ ਰਹਿ ਗਈ 5 ਸੀਟਾਂ ਕਾਂਗਰਸ ਨੇ ਜਿੱਤੀਆਂ ਹਾਲਾਂਕਿ ਦਿੱਲੀ ਵਿੱਚ ਬੀਜਪੀ ਦੀ ਲਗਾਤਾਰ ਤੀਜੀ ਵੱਡੀ ਜਿੱਤ ਹੋਈ ਹੈ ਸੱਤ ਦੀਆਂ ਸੱਤ ਸੀਟਾਂ ਤੇ ਬੀਜਪੀ ਨੇ ਕਬਜ਼ਾ ਕੀਤਾ ਹੈ ਹਿਮਾਚਲ ਦੇ ਵਿੱਚ ਵੀ ਬੀਜਪੀ ਨੇ 4 ਦੀਆਂ 4 ਸੀਟਾਂ ਜਿੱਤ ਕੇ ਹੁਣ ਜਾਂ ਫਿਰ ਜਿੱਤ ਹਾਸਲ ਕੀਤੀ ਹੈ ਰਾਜਸਥਾਨ ਦੇ ਵਿੱਚ ਇੰਡੀਆ ਗੱਠਜੋੜ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਇਥੇ ਗੱਠਜੋੜ ਨੇ 9 ਸੀਟਾਂ ਜਿੱਤੀਆਂ ਬੀਜੇਪੀ ਨੇ 14 ਸੀਟਾਂ ਮੱਧ ਪ੍ਰਦੇਸ਼ ਵਿੱਚ ਬੀਜੇਪੀ ਨੇ ਹੁੰਜਾ ਫੇਰ ਜਿੱਤ ਹਾਸਲ ਕੀਤੀ ਹੈ 29 ਦੀਆਂ 29 ਸੀਟਾਂ ਆਪਣੇ ਖਾਤੇ ਪਾਈਆਂ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ ਸਕਿਆ ਗੁਜਰਾਤ ਵਿੱਚ ਵੀ ਬੀਜੇਪੀ ਜ਼ਬਰਦਸਤ ਤਰੀਕੇ ਨਾਲ 26 ਤੋਂ 25 ਸੀਟਾਂ ਤੇ ਜਿੱਤੀ ਕਾਂਗਰਸ ਕੋਲ ਸਿਰਫ ਇੱਕ ਸੀਟਾਈ ਮਹਾਰਾਸ਼ਟਰ ਦੇ ਵਿੱਚ ਇੰਡੀਆ ਗੱਠਜੋੜ ਦਾ ਵਧੀਆ ਪ੍ਰਦਰਸ਼ਨ ਰਿਹਾ 29 ਸੀਟਾਂ ਜਿੱਤੀਆਂ ਜਦ ਕਿ ਪੱਛਮੀ ਬੰਗਾਲ ਦੇ ਵਿੱਚ ਵੀ Mamata Banerjee ਦਾ ਸ਼ਾਨਦਾਰ ਪ੍ਰਦਰਸ਼ਨ ਦਿਖਿਆ 42 ਦੇ ਵਿੱਚੋਂ 29 ਸੀਟਾਂ ਤੇ TMC ਜਿੱਤੀ 12 ਸੀਟਾਂ ਤੇ BJP ਇੱਕ ਤੇ Congress ਯਾਨੀ ਕਿ ਇਸ ਵਕਤ ਜੇ TMC Congress ਦੇ India ਗੱਠਜੋੜ ਦੇ ਨਾਲ ਰਲਦੀ ਹੈ ਤਾਂ ਇਥੇ ਤੋਂ ਕੁੱਲ 30 ਸੀਟਾਂ ਹਨ UPV ਦੇ ਵਿੱਚ ਵੀ ਐਤ ਕੀ India ਗੱਠਜੋੜ ਨੇ ਜ਼ਬਰਦਸਤ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ 80 ਦੇ ਵਿੱਚੋਂ 43 ਸੀਟਾਂ ਜਿੱਤ ਲਈਆਂ BJP ਸਿਰਫ 33 ਸੀਟਾਂ ਹੀ ਜਿੱਤ ਸકી RLD 2 ASPQR 1 ਤੇ ADAL ਨੇ 1 ਸੀਟ ਜਿੱਤੀ। ਐਨੀਵੱਡੀ ਜਿੱਤ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜਾਦਵ ਨੇ ਯੂਪੀ ਵਾਸੀਆਂ ਦਾ ਧੰਨਵਾਦ ਕੀਤਾ। ਤਾਮਿਲ ਲਾਡੂ ਦੇ ਵਿੱਚ ਵੀ ਇੰਡੀਆ ਗੜਸੋੜ ਦੀ ਹੁੰ ਜਾਂ ਫੇਰ ਜਿੱਤ ਹੋਈ ਹੈ 35 ਸੀਟਾਂ ਗੜਸੋੜ ਨੇ ਜਿੱਤੀਆਂ। ਦੋ-ਦੋ ਸੀਟਾਂ CPI ਤੇ CPI(M) ਨੇ ਜਿੱਤੀਆਂ। BJP ਦੇ ਪੱਲੇ ਕੁਝ ਨਹੀਂ ਰਿਹਾ। ਹਿੰਸਾ ਪ੍ਰਭਾਵਿਤ ਸੂਬੇ ਮਨੀਪੁਰ ਨੇ ਦੋਵੇਂ ਦੀਆਂ ਦੋਵੇਂ ਸੀਟਾਂ ਕਾਂਗਰਸ ਦੀ ਝੋਲੀ ਪਾਈਆਂ। ਰਾਹੁਲ ਗਾਂਧੀ ਨੇ ਦੋਵੇਂ ਸੀਟਾਂ ਤੇ ਹੋਂ ਜਾਂ ਫਿਰ ਜਿੱਤ ਹਾਸਲ ਕੀਤੀ ਰਾਇਬਰੇਲੀ ਸੀਟ 3900000 30 ਵੋਟਾਂ ਨਾਲ ਤੇ ਵਾਈ ਨਾਟ ਸੀਟ 364422 ਸੀਟਾਂ ਨਾਲ ਜਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਸੀਟ ਤੋਂ ਜਿੱਤੇ ਤਾਂ ਜ਼ਰੂਰ ਨੇ ਪਰ ਫਰਕ ਸਿਰਫ 152513 ਵੋਟਾਂ ਦਾ ਹੈ ਪਿਛਲੀ ਵਾਰੀ 6 ਲੱਖ ਵੋਟਾਂ ਨਾਲ ਮੋਦੀ ਜਿੱਤੇ ਸਨ ਬੀਜੇਪੀ ਦੇ ਲਈ ਇੱਕ ਹੋਰ ਵੱਡਾ ਝਟਕਾ ਇਹ ਹੈ ਕਿ ਫੈਜ਼ਾਬਾਦ ਸੀਟ ਬੀਜੇਪੀ ਵੱਡੇ ਫਰਕ ਨਾਲ ਹਾਰੀ ਹੈ ਅਯੁੱਧਿਆ ਫੈਜ਼ਾਬਾਦ ਦੇ ਵਿੱਚ ਆਉਂਦਾ ਜਿੱਥੇ ਬੀਜੇਪੀ ਨੇ ਰਾਮ ਮੰਦਰ ਬਣਾਉਣ ਦਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਕੀਤਾ ਪਰ ਇੱਥੇ ਸਮਾਜਵਾਦੀ ਪਾਰਟੀ ਦੇ ਅਪਦੇਸ਼ ਪ੍ਰਤਾਪ ਨੇ 64567 54567 ਵੋਟਾਂ ਦੇ ਫਰਕ ਨਾਲ ਬੀਜੇਪੀ ਦੇ ਕੈਂਡੀਡੇਟ ਨੂੰ ਹਰਾ ਦਿੱਤਾ ਪਾਰਤ ਦੇ ਵਿੱਚ ਸਭ ਤੋਂ ਵੱਡੇ ਫਰਕ ਨਾਲ ਬੀਜੇਪੀ ਦੇ ਸ਼ਿਵਰਾਜ ਸਿੰਘ ਚੋਹਾਨ ਜਿੱਤੇ ਨੇ 821408 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਅਮਿਤ ਸ਼ਾ ਪੌਣੇ 8 ਲੱਖ ਵੋਟਾਂ ਨਾਲ ਜਿੱਤੇ ਨੇ ਰਾਹੁਲ ਗਾਂਧੀ ਪੌਣੇ 4 ਲੱਖ ਵੋਟਾਂ ਨਾਲ ਜਦਕਿ ਅਮਰਿਤਪਾਲ ਸਿੰਘ 197120 ਵੋਟਾਂ ਨਾਲ ਜਿੱਤੇ ਚੋਣ ਨਤੀਜਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ ਕੱਲ ਮੁੱਦੇ ਮੂੰਹ ਡਿੱਗ ਪਿਆ ਸੈਂਸੈਕਸ ਤੇ ਐਨਐਸਸੀ ਦਾ ਨਿਫਟੀ ਕਰੀਬ 6% ਤੱਕ ਡਿੱਗ ਪਿਆ ਸ਼ੇਅਰ ਮਾਰਕੀਟ ਦੇ ਡਿੱਗਣ ਨਾਲ ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਕੱਲ ਮਿੱਟੀ ਹੋ ਗਏ ਇਹਨਾਂ ਵੋਟਾਂ ਦੇ ਵਿੱਚ ਕਈ ਵੱਡੇ ਚਿਹਰੇ ਕੈਬਨਿਟ ਮੰਤਰੀਆਂ ਨੂੰ ਨਿਮੋਸ਼ੀ ਚ ਝੱਲਣੀ ਪਈ ਹੈ ਸਮ੍ਰਿਤੀ ਇਰਾਨੀ ਅਜੇ ਮਿਸ਼ਰਾ ਟੇਨੀ ਅਰਜੁਨ ਮੁੰਡਾ ਮੇਨਕਾ ਗਾਂਧੀ ਬੀਜੇਪੀ ਦੇ ਸਾਰੇ ਦੇਗਜ ਇਹ ਹਾਰ ਗਏ